ਦੇ ਮੁਕਾਬਲੇ ਤਸਵੀਰ ਥੋੜੀ ਸ਼ਾਂਤ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਉਸ ਦੀ وجہ ਇਹ ਹੈ ਕਿ ਦਿਨ ਦੇ ਸਮੇਂ ਥੋੜਾ ਜਿਆ ਧੁੱਪ ਨਿਕਲੀ ਸਵੇਰ ਦੇ ਸਮੇਂ ਬਹੁਤ ਧੁੰਦ ਸੀ ਧੁੱਪ ਨਿਕਲੀ ਉਸ ਤੋਂ ਬਾਅਦ ਮੌਸਮ ਨਿਖ ਰਿਹਾ ਤਾਂ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਇਨਫੈਕਟ ਬਹੁਤ ਸਾਰੇ ਅਜਿਹੇ ਵੀ ਸੀ ਜਿਹੜੇ ਸਿਰਫ ਦੇਖਣ ਦੇ ਲਈ ਪਹੁੰਚੇ ਕਿ ਉੱਥੇ ਮੀਡੀਆ ਦਾ ਜਿਹੜਾ ਜਮਾ ਵੜਾਉ ਕਿਸ ਤਰੀਕੇ ਦਾ ਜਾਂ ਫਿਰ ਜਿਹੜੇ ਹਰਿਆਣਾ ਪ੍ਰਸ਼ਾਸਨ ਨੇ ਜਿਹੜੇ ਇੰਤਜ਼ਾਮ ਕੀਤੇ ਨੇ ਉਹ ਕਿਸ ਤਰੀਕੇ ਦੇ ਨੇ ਤੇ ਭੀੜ-ਵੱਦੀ-ਵੱਦੀ ਇੱਕ ਟਾਈਮ ਅਜਿਹਾ ਸੀ ਜਦੋਂ 5-700 ਲੋਕ ਵੀ ਇੱਥੇ ਨਜ਼ਰ ਆ ਰਹੇ ਸੀ ਮੌਜੂਦਾ ਸਮੇਂ ਦੇ ਵਿੱਚ ਹਨੇਰਾ ਪੈ ਚੁੱਕਿਆ ਹੈ ਲਾਈਟਾਂ ਜਗੀਆਂ ਹੋਈਆਂ ਨੇ ਇੱਥੇ ਹੁਣ 150 ਲੋਕ ਹੀ ਨਜ਼ਰ ਆ ਰਹੇ ਨੇ ਹਾਲਾਂਕਿ ਟਾਇਰ ਗੈਸ ਦਾ ਇਸਤੇਮਾਲ ਬਾਰ-ਬਾਰ ਕੀਤਾ ਗਿਆ ਔਰ ਇਸ ਕਰਕੇ ਸ਼ਾਮ ਨੂੰ 3 ਵਜੇ ਤੋਂ ਲੈ ਕੇ ਮੈਂ ਕਹਾਂ ਕਿ ਔਨਵਰਡਸ ਲਗਾਤਾਰ ਇੱਥੇ ਖਲਚਲ ਟਾਇਰ ਗੈਸ ਦੀ ਬੱਚਾ ਦੇ ਨਾਲ ਨਜ਼ਰ ਆਈ ਮੈਂ ਤੁਹਾਨੂੰ ਤਸਵੀਰਾਂ ਦਿਖਾਣਾ ਥੋੜੇ ਜਿਹਾ ਦੂਰ ਤੋਂ ਜਿਹੜੇ ਵੱਡੇ ਪੱਥਰ ਰੱਖੇ ਗਏ ਸੀ ਕੁਝ ਨੌਜਵਾਨ ਉਹਨਾਂ ਪੱਥਰਾਂ ਨੂੰ ਵੀ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦਰاصل ਜਿਹੜੇ ਪੱਥਰ ਨਜ਼ਰ ਆ ਰਹੇ ਨੇ ਇਸ ਟਾਈਮ ਵੀ ਉਹ ਹਲਚਲ ਹੈ ਇਸ ਕਰਕੇ ਮੈਂ ਤਸਵੀਰਾਂ ਦੇ ਜ਼ਰੀਏ ਆਪਣੇ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਰਮਿੰਦਰ ਤਾਂ ਜਿਹੜੇ ਪੱਥਰ ਵੱਡੇ ਵੱਡੇ ਬਲॉक्स ਰੱਖੇ ਗਏ ਨੇ ਇਹ ਜਿਹੜੇ ਦੋ ਪੁਲਾਂ ਦੇ ਵਿਚਾਲੇ ਇੱਕ ਥਾਂ ਬਚੀ ਹੋਈ ਹੈ ਇਸ ਤੋਂ ਅੱਗੇ ਬਿਲਕੁਲ ਜਿਹੜਾ ਦਰਿਆ ਵਗਦਾ ਉਹ ਹੈ ਔਰ ਵੱਡੇ ਵੱਡੇ ਟੋਏ ਪੁੱਟ ਦਿੱਤੇ ਗਏ ਸੀ ਉਹਨਾਂ ਦੇ ਕਿਨਾਰਿਆਂ ਦੇ ਉੱਤੇ ਲਿਆ ਕੇ ਪੱਥਰ ਰੱਖ ਦਿੱਤੇ ਗਏ ਆ ਦੇਖੋ ਭੀੜ ਇੰਨੀ ਜ਼ਬਰਦਸਤ ਪਿਛਲੇ ਕੁਝ ਟਾਈਮ ਦੇ ਵਿੱਚ ਰਹੀ ਹੈ ਪਿਛਲੇ 3-4 ਘੰਟਿਆਂ ਦੇ ਵਿੱਚ ਇੱਥੇ ਕਿ ਉਹਨਾਂ ਨੇ ਪੱਥਰਾਂ ਨੂੰ ਪੁਸ਼ ਕਰ ਕਰਕੇ ਸੁੱਟ ਦਿੱਤਾ ਜਿਹੜੇ ਤੁਸੀਂ ਸਮਝੋ ਕਿ ਦਰਿਆ ਵਾਲੇ ਪਾਸੇ ਨੂੰ ਔਰ ਇੱਕ ਵਾਰ ਫੇਰ ਤੋਂ ਦੇਖੋ ਇੱਕ ਹੋਰ ਪੱਥਰ ਸੁੱਟ ਦਿੱਤਾ ਗਿਆ ਤਾਂ ਇਹ ਕੋਸ਼ਿਸ਼ ਲਗਾਤਾਰ ਜਿਹੜੇ ਇੱਥੇ 20-50 ਨੌਜਵਾਨ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਹਨਾਂ ਨੂੰ ਟਾਰਗੇਟ ਕਰਕੇ 20 ਦੋ ਤਿੰਨ ਵਾਰੀ ਜਿਹੜੀ ਟਾਇਰ ਗੈਸ ਦਾ ਇਸਤੇਮਾਲ ਕੀਤਾ ਗਿਆ ਸੀ ਪਰ باوجود ਉਸ ਦੇ ਸਥਿਤੀ ਫੇਰ ਉੱਥੇ ਦੀ ਉੱਥੇ ਹੀ ਪਹੁੰਚ ਗਈ ਕਿ ਜਿਹੜੇ ਹੁਣ 20-50 ਉੱਥੇ ਨੌਜਵਾਨ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪੱਥਰਾਂ ਨੂੰ ਪੁਸ਼ ਕੀਤਾ ਜਾ ਰਿਹਾ ਹੈ ਪੱਥਰਾਂ ਨੂੰ ਪੁਸ਼ ਕਰਕੇ ਜਿਹੜੇ ਦਰਿਆ ਵਾਲੇ ਪਾਸੇ ਛੁੱਟੇ ਜਾ ਰਹੇ ਨੇ ਕਾਬਲੇ ਗੋਰੀ ਵੀ ਹੈ ਕਿ ਜੇ ਪੱਥਰ ਪੁਸ਼ ਕਰ ਵੀ ਦਿੱਤੇ ਤਾਂ ਇੱਕ ਕੋਈ ਰਾਹ ਪੱਧਰਾ ਨਹੀਂ ਹੋ ਜਾਏਗਾ ਪੱਥਰ ਪੁਸ਼ ਕਰ ਦਿੱਤੇ ਤਾਂ ਉਸ ਵਾਲੇ ਪਾਸੇ ਇਹ ਪੂਰੇ ਜਿਹੜਾ ਪੱਥਰ ਪਹੁੰਚ ਜਾਣਗੇ ਹਾਂ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਕੋਈ ਮਿੱਟੀ ਪਾ ਦਿੱਤੀ ਜਾਵੇ ਉਧਰ ਟਰੈਕਟਰ ਅੰਦਰ ਲੈ ਜਾਣ ਤੇ ਦਰਿਆ ਪਾਰ ਕਰਕੇ ਜਾਣਾ ਹੋਵੇ ਨਾ ਦੇਖੋ ਪੱਥਰ ਪਾਰ ਕਰਕੇ ਦਰਿਆਗ ਪਾਰ ਕਰਕੇ ਸਾਹਮਣੇ ਵੀ ਇੰਤਜ਼ਾਮ ਨੇ ਇਨਫੈਕਟ ਗੰਧ ਹੋ ਰੱਖੀ ਹੈ ਉਸ ਵਾਲੇ ਪਾਸੇ ਤਾਂ ਜਾਣਾ ਵੀ ਥੋੜਾ ਮੁਸ਼ਕਿਲ ਹੈ ਮੈਂ ਹੋਰ ਕੋਸ਼ਿਸ਼ ਕਰਦਾ ਨੇੜੇ ਜਾ ਸਕਾਂ ਕਿ ਉੱਥੇ ਕਿਸ ਤਰੀਕੇ ਦੀ ਸਥਿਤੀ ਇਸ ਸਮੇਂ ਨਜ਼ਰ ਆ ਰਹੀ ਹੈ ਜਿਹੜੇ ਨੌਜਵਾਨ ਲੱਗੇ ਹੋਏ ਨੇ ਔਰ ਹਰਿਆਣਾ ਪ੍ਰਸ਼ਾਸਨ ਦੇ ਨਜ਼ਰ ਲਗਾਤਾਰ ਹੈ ਉਹ ਅਨਾਉਂਸਮੈਂਟ ਕਰਦੇ ਨੇ ਅਨਾਉਂਸਮੈਂਟ ਕਰਕੇ ਉਹਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਗਿਆ ਕਿ ਤੁਸੀਂ ਥੋੜੇ ਪਿੱਛੇ ਰਹੋ ਜਿਹੜੀ ਬੈਰੀਕੇਟਿੰਗਸ ਹੈ ਉਸ ਦੇ ਵਾਲੇ ਪਾਸੇ ਨਾ ਉਹਨੂੰ ਪੁਸ਼ਤ ਨਾ ਕਰੋ ਪਰ ਬਾਬ ਜੀ ਦੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਤੁਹਾਨੂੰ ਕੋਲ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਪੱਥਰਾਂ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਹੈ ਕਿ ਜਿਹੜੇ ਦਰਿਆ ਵਾਲੇ ਪਾਸੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅ ਦਰਸਲ ਇਹ ਕੋਸ਼ਿਸ਼ ਇਸ ਤੋਂ ਪਹਿਲਾਂ ਵੀ ਹੋਈ ਹੈ ਪਿਛਲੇ 2-3 ਘੰਟੇ ਦੇ ਵਿੱਚ ਇਹ ਹਲਚਲ ਨਜ਼ਰ ਆਈ ਔਰ ਬਹੁਤ ਸਾਰੇ ਪੱਥਰਾਂ ਨੂੰ ਇਹ ਬਹੁਤ ਟਣਾਂ ਦੇ ਪੱਥਰ ਹੋਣਗੇ ਇਹ ਕੋਈ ਇਹ ਨਹੀਂ ਹੈ ਕਿ ਬਹੁਤ ਕੋਈ ਛੋਟਾ ਪੱਥਰ ਹੈ ਜਿਸ ਨੂੰ 2-4-5 ਲੋਕ ਚੁੱਕ ਸਕਦੇ ਨੇ ਕਈ ਟਣਾਂ ਦੇ ਪੱਥਰ ਨੇ ਜਿਨ੍ਹਾਂ ਨੂੰ ਪੁਸ਼ ਕੀਤਾ ਜਾਂਦਾ ਔਰ ਪਰਲੇ ਪਾਸੇ ਜਾ ਕੇ ਉਹ ਸੁੱਟ ਦਿੱਤੇ ਗਏ ਇਹ ਸਥਿਤੀ ਹੈ ਦੇਖੋ ਇੱਕ ਪੁਆਇੰਟ ਬਹੁਤ ਕਲੀਅਰ ਹੈ ਕਿ ਜੇਕਰ ਮੌਜੂਦਾ ਸਮੇਂ ਦੇ ਵਿੱਚ 10 20 ਨੌਜਵਾਨ ਆ ਕੇ ਜਾਂ 50 ਜਾਂ 100 ਇੱਥੇ ਨੌਜਵਾਨ ਆ ਕੇ ਇਸ ਤਰੀਕੇ ਨਾਲ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕੱਲ ਨੂੰ ਸਥਿਤੀ ਥੋੜੀ ਹੋਰ ਜਾਂ ਬਹੁਤ ਜ਼ਿਆਦਾ ਗੰਭੀਰ ਵੀ ਨਜ਼ਰ ਆ ਸਕਦੀ ਹੈ ਕਿ ਕੀ ਹੋਏਗਾ ਅਗਲੇ 12 15 ਘੰਟਿਆਂ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਇਸ ਸਮੇਂ ਮੈਂ ਮੌਜੂਦ ਹਾਂ ਤਾਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਦੂਜੇ ਪਾਸੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਜਿਹੜੀ ਉਹਨਾਂ ਨੇ ਪੈਰਾਮਿਲਟਰੀ ਫੋਰਸ ਲਗਾਈ ਗਈ ਹੈ ਉਹਨਾਂ ਦੇ ਵੱਲੋਂ ਜ਼ਰੂਰ ਸਮੇਂ-ਸਮੇਂ ਦੇ ਉੱਤੇ ਕਦੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਔਰ ਨਜ਼ਰ ਰੱਖ ਰਹੇ ਨੇ ਸੀਸੀਟੀਵੀ ਕੈਮਰੇ ਦੇ ਜ਼ਰੀਏ ਲਾਜ਼ਮੀ ਤੌਰ ਤੇ ਵੀਡੀਓਗ੍ਰਾਫੀ ਹੋੜੀ ਹੋਈ ਹੋएगी ਡਰੋਨ ਉਡਾਨ ਭਰਦਾ ਥੋੜੀ-ਥੋੜੀ دیر ਬਾਅਦ ਤਾਂ ਜਿਸ ਤਰੀਕੇ ਨਾਲ ਇਸ ਸਮੇਂ ਪੱਥਰਾਂ ਨੂੰ ਪੁਸ਼ਕ ਕੀਤਾ ਜਾ ਰਿਹਾ ਹੈ ਕੁਝ ਨਹੀਂ ਪਤਾ ਹੋਰ 1-2 ਮਿੰਟ ਦੇ ਵਿੱਚ ਕੋਈ ਸਾਨੂੰ ਡਰੋਨ ਨਜ਼ਰ ਆ ਜਾਵੇ ਜਾਂ ਕੋਈ ਹੋਰ ਹਰਿਆਣਾ ਪੁਲਿਸ ਦੀ ਹਲਚਲ ਸਾਨੂੰ ਨਜ਼ਰ ਆ ਬਰੀਉ ਨਾ ਕਰੋ ਇਹ ਬੈਰੀਕੇਡਿੰਗਸ ਨੂੰ ਨਾ ਹਟਾਓ ਇੱਥੇ 146 ਲੱਗੀ ਹੋਈ ਇਹ ਸਾਰੀਆਂ ਗੱਲਾਂ ਇੱਥੇ ਆਪਾਂ ਸੁਣ ਰਹੇ ਹਾਂ ਪਰ ਬਾਬੂ ਦੇਸ਼ ਦੇ ਇੱਥੇ ਸਥਿਤੀ ਇਸ ਸਮੇਂ ਦੀ ਇਹੀ ਹੈ ਕਿ ਉਹਨਾਂ ਨੂੰ ਪੱਥਰਾਂ ਨੂੰ ਪੁਸ਼ ਕੀਤਾ ਜਾ ਰਿਹਾ ਹੈ ਮੈਂ ਪਰਮਿੰਦਰ ਫੇਰ ਕਹਿ ਰਹੇ ਕਿ ਨੌਜਵਾਨਾਂ ਦੀ ਤਰਾਜ਼ਤ ਕੋਈ ਇਹ ਨਹੀਂ ਕਿ ਇੱਥੇ 2000 2000 ਹੋਣ ਜਿਵੇਂ ਪਹਿਲੀ ਨਜ਼ਰ ਚ ਦੇਖ ਰਿਹਾ ਤਾਂ ਇੱਥੇ 20-50 ਨੌਜਵਾਨ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੱਥਰਾਂ ਨੂੰ ਲੈ ਕੇ ਇਹ ਜਿਹੜਾ ਉਹਨਾਂ ਨੂੰ ਪੁਸ਼ ਕੀਤਾ ਜਾ ਰਿਹਾ ਹੈ ਕਿਰ ਇਹ ਸਥਿਤੀ ਇੱਕ ਤਰੀਕੇ ਨਾਲ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਜੇ ਟਾਲੂ ਇੱਥੇ ਪੂਰੇ ਰੋਡਸ ਭਰੀਆਂ ਹੋਣ ਤੇ ਫੇਰ ਖੰਜੂ ਗੈਸ ਛੱਡੀ ਜਾਵੇ ਜਾਂ ਡਰੋਨ ਦੇ ਜ਼ਰੀਏ ਡ੍ਰੌਪ ਕੀਤੀ ਜਾਵੇ ਤਾਂ ਉਸ ਸਮੇਂ ਸਥਿਤੀ ਹੋਰ ਚਿੰਤਾਜਨਕ ਸੈਂਸਿਟਿਵ ਬਣ ਸਕਦੀ ਹੈ ਜਾਂ ਮੈਂ ਕਹਾਂ ਕਿ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਨੇ ਕਿ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਕਿਉਂਕਿ ਦੋਵੇਂ ਪਾਸੇ ਮੇਰੇ ਜਿੱਥੇ ਮੈਂ ਖੜਾ ਹਾਂ ਰੋਡ ਦੇ ਦੋਵੇਂ ਪਾਸੇ ਡੁੰਗੀਆਂ ਖੱਡਾਂ ਨੇ ਕਿਉਂਕਿ ਅੱਗੇ ਦਰਿਆ ਦਾ ਪੁਲ ਹੈ ਤਾਂ ਆਪਾਂ ਸਮਝਦੇ ਜਦੋਂ ਪੁਲ ਬਣਦਾ ਤਾਂ ਫਿਰ ਉਹ ਇੱਕ ਉਚਾਈ ਵਾਲੇ ਪਾਸੇ ਜਾਂਦਾ ਇਸ ਕਰਕੇ ਦੋਵੇਂ ਪਾਸੇ ਡੁੰਗੀਆਂ ਖੱਡਾਂ ਨੇ ਜਿਹੜੇ ਇੱਥੇ ਲੋਕ ਮੌਜੂਦ ਹੋਣਗੇ ਜੇ ਧੂਆਂ ਉਹਨਾਂ ਨੂੰ ਚੜਦਾ ਹੈ ਤਾਂ ਇੱਕ ਵਾਰ ਤਾਂ ਤੁਹਾਨੂੰ ਸਾਂਹ ਆਖਾ ਹੋ ਜਾਂਦਾ ਜਦੋਂ ਟਾਇਰ ਗਿਆ ਇਸ ਜਿਹੜੀ ਛੱਡੀ ਜਾਂਦੀ ਹੈ ਤਾਂ ਇੱਕ ਵਾਰ ਫਿਰ ਤੋਂ ਹਰਿਆਣਾ ਜਿਹੜੀ ਪੁਲਿਸ ਉਹਨਾਂ ਦੀ ਹਲਚਲ ਸਾਨੂੰ ਥੋੜੀ ਬਹੁਤ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਪੂਰੀ ਲਾਈਟਿੰਗ ਦਾ ਪੁੜਾ ਸੀਸੀਟੀਵੀ ਜਾਂ ਫਿਰ ਡਰੋਨ ਦੇ ਜ਼ਰੀਏ ਵੀਡੀਓਗ੍ਰਾਫੀ ਲਾਜ਼ਮੀ ਤੌਰ ਤੇ ਜਿਹੜੀ ਸਮੇਂ-ਸਮੇਂ ਦੇ ਉੱਤੇ ਉਹਨਾਂ ਨੇ ਡਰੋਨ ਇਸ ਵਾਲੇ ਪਾਸੇ ਭੇਜੇ ਨੇ ਉਹ ਜ਼ਰੂਰ ਵੀਡੀਓਗ੍ਰਾਫੀ ਕੀਤੀ ਗਈ ਹੋਵੇਗੀ ਮੌਜੂਦਾ ਸਮਾਂ ਸ਼ੰਭੂ ਬਾਰਡਰ ਦੇ ਉੱਤੇ ਸਥਿਤੀ ਇਹੀ ਹੈ ਕਿ ਜਿਹੜੇ ਪੱਥਰ ਨੇ ਉਹਨਾਂ ਨੂੰ ਪੁਸ਼ ਕਰਨ ਦੇ ਲਈ ਵੀ 50 ਨੌਜਵਾਨ ਨਜ਼ਰ ਆ ਰਹੇ ਨੇ ਬਾਕੀ ਸਥਿਤੀ ਸ਼ਾਂਤ ਤੁਸੀਂ ਕਹਿ ਸਕਦੇ ਹੋ ਜਿਹੜੇ ਬਹੁਤ ਸਾਰੇ ਲੋਕ ਇੱਥੇ ਸੀ ਉਹ ਇੱਥੋਂ ਜਾ ਵੀ ਚੁੱਕੇ ਨੇ ਪਰਮਿੰਦਰ